ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਥ ਦਾ ਦਾਸ ਸਿਮਰਨਜੀਤ ਸਿੰਘ ਮਾਨ ਅੱਜ ਤੁਹਾਡੇ ਨਾਲ ਸਿੱਧੀ ਗੱਲ ਕਰ ਰਿਹਾ ਹਾਂ ਕਿ ਜਿਹੜਾ ਮੇਰਾ ਪਾਰਲੀਮੈਂਟਰੀ ਹਲਕਾ ਹੈਗਾ, ਇਹਦੇ ਵਿੱਚ ਤਿੰਨ ਜ਼ਿਲ੍ਹੇ ਹੈਗੇ ਹੈ, ਇੱਕ ਸੰਗਰੂਰ ਹੈ, ਇੱਕ ਬਰਨਾਲਾ ਅਤੇ ਇੱਕ ਮਲੇਰਕੋਟਲਾ ਹੈ। ਅਤੇ ਬਰਨਾਲੇ ਦੇ ਇਲਾਕੇ ਦੇ ਵਿੱਚ ਇਲਾਕਾ ਹੈਗਾ ਭਦੌੜ, ਉੱਥੇ ਹੈਗਾ ਇੱਕ ਪਿੰਡ ਕੋਟ ਦੁੰਨਾ। ਉੱਥੋਂ ਦੇ ਰਹਿਣ ਵਾਲੇ ਸਾਡੇ ਬੜੇ ਸੀਨੀਅਰ ਅਤੇ ਇੱਜ਼ਤਦਾਰ ਜਥੇਦਾਰ ਸਰਦਾਰ ਸੰਗਾਰਾ ਸਿੰਘ ਸਾਡੀ ਪਾਰਟੀ ਦੇ ਸੀ। ਉੱਥੋਂ ਦੇ ਹੀ ਭਾਣਾ ਸਿੱਧੂ ਹੈਗੇ ਹੈ, ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਜਿਕ ਵਰਕਰ ਨੇ। ਅਤੇ ਉਹਨਾਂ ਦੇ ਉੱਤੇ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਾ ਦਿੱਤੇ ਹੋਏ। ਲੁਧਿਆਣੇ ਦੇ ਵਿੱਚ ਕਰਾਤਾ, ਪਟਿਆਲੇ ਦੇ ਵਿੱਚ ਕਰਾਤਾ ਕਿ ਕਿਸੇ ਤੋਂ ਚੇਨੀ ਖਿੱਚੀ ਹੈ। ਹੁਣ ਇੱਜ਼ਤਦਾਰ ਆਦਮੀ ਚੇਨੀਆਂ ਖਿੱਚੂਗਾ। ਫਿਰ ਅਬੋਹਰ ਦੇ ਵਿੱਚ ਵੀ ਪਰਚਾ ਕਰਾਤਾ ਹੈਗਾ। ਫਿਰ ਲੁਧਿਆਣੇ ਦੀ CIA ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ, ਜ਼ਲੀਲ ਕੀਤਾ, ਬਰਫ਼ ਦੇ ਉੱਤੇ ਪਾਤਾ, ਠੰਡਾ ਪਾਣੀ ਪਾਤਾ। ਮੇਰਾ ਮਤਲਬ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਇਹੋ ਜਿਹੇ ਤਸੀਹੇ ਦੇਣੇ, ਇਹ ਮੈਂ ਸਮਝਦਾ ਕਿ ਇਹ ਬਹੁਤ ਗਲਤ ਕੰਮ ਹੈ। ਇਹਦੇ ਨਾਲ ਲੋਕ ਭੜਕ ਰਹੇ ਹੈ। ਔਰ ਮੈਂ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਅਮਨ ਅਤੇ ਅਮਾਨ ਰੱਖਣਾ ਚਾਹੁੰਦਾ, ਅਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ, ਜਿਹੜੇ ਲਾਅ ਐਂਡ ਆਰਡਰ ਦੇ ਐਡੀਸ਼ਨਲ DGP ਹੈ, ਸਾਡੀ ਰੇਂਜ ਦੇ ਭੁੱਲਰ ਸਾਹਿਬ ਹੈਗੇ ਹੈ DIG, ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਭਾਣਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਅਤੇ ਉਸ ਨੂੰ ਇੰਨਾ ਤੰਗ ਨਾ ਕਰੋ, ਜਿਹਦੇ ਨਾਲ ਸਾਡਾ ਸਾਰਾ ਹਲਕਾ ਗੜਬੜਾ ਦੇ ਵਿੱਚ ਆ ਜਾਏ। ਅਤੇ ਇਹ ਚੀਫ ਮਿਨਿਸਟਰ ਦਾ ਵੀ ਹਲਕਾ ਹੈਗਾ ਅਤੇ ਜ਼ਰੂਰ ਇਸ ਨੂੰ ਦੁਨੀਆ ਦੇ ਨਕਸ਼ੇ 'ਤੇ ਲੈ ਕੇ ਆਉਣਾ ਕਿ ਇੱਥੇ ਸ਼ਹਿਰ ਸ਼ਹਿਰ ਦੇ ਵਿੱਚ ਡੈਮੋਨਸਟ੍ਰੇਸ਼ਨ ਹੋਣ ਲੱਗ ਪਏ ਹੈ ਔਰ ਲੋਕ ਬਾਹਰ ਘਰਾਂ 'ਚੋਂ ਨਿਕਲ ਰਹੇ ਹੈ। ਅਸੀਂ ਕੋਟ ਦੁੰਨੇ ਇੱਕ ਇਕੱਠ ਕਰ ਰਹੇ ਹਾਂ, ਉੱਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁੱਖ ਨਾ ਬਦਲਿਆ ਅਤੇ ਇਹੋ ਜਿਹੇ ਗੰਦੇ ਇਲਜ਼ਾਮ ਇਹੋ ਜਿਹੇ ਸਮਾਜਿਕ ਦੇ ਉੱਤੇ ਲਾ ਦੇਣੇ, ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਹ ਸਰਕਾਰ ਨੂੰ ਨਹੀਂ ਦਿੰਦਾ। ਸੋ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ, ਤੁਸੀਂ ਸਾਡੇ ਇਲਾਕੇ ਦੇ ਹੋ, ਕਿ ਭਾਣੇ ਸਿੱਧੂ ਨੂੰ ਅੱਜ ਤੁਸੀਂ ਰਿਹਾਅ ਕਰੋ, ਘਰ ਆਏ, ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਇਕੱਠ ਨਾ ਕਰਨਾ ਪਵੇ ਅਤੇ ਇੱਥੇ ਅਮਨ ਰਹੇ। ਕਿਉਂ ਕਰਕੇ ਭਾਣੇ ਸਿੱਧੂ ਦੇ ਨਾਲ ਜਿਹੜੇ ਵੀ ਲੋਕ ਬਾਹਰ ਨਿਕਲਣਗੇ ਘਰਾਂ 'ਚ, ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ। ਅਤੇ ਆਪਾਂ ਨੇ ਕਾਹਨੂੰ ਇੰਟਰਨੈਸ਼ਨਲ ਖਬਰ ਬਣਾਉਣੀ ਹੈ ਵੀ ਕਿਸੇ ਨੂੰ ਤੰਗ ਕਰਕੇ, ਸਗੋਂ ਇਹਦੀ ਤਾਂ ਤਫਤੀਸ਼ ਹੋਣੀ ਚਾਹੀਦੀ ਹੈ ਕਿ ਭਾਣੇ ਸਿੱਧੂ ਨੂੰ ਬਰਫ਼ ਦੇ ਉੱਤੇ ਕਿਉਂ ਰੱਖਿਆ, ਕਿਉਂ ਟੋਰਚਰ ਕੀਤਾ, ਕੀ ਕੀਤਾ। ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਸਨੇ। ਸਮਾਜ ਸੇਵਕ ਹੈ, ਲੋਕਾਂ ਦੇ ਪੈਸੇ ਛੁਡਾਉਂਦਾ ਹੈ, ਜਿਹੜੇ ਟਰੈਵਲ ਏਜੰਟਸ ਨੇ ਉਹ ਠੱਗੀ ਕਰੀ ਜਾਂਦੇ ਹੈ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਹੈ। ਅਤੇ ਭਾਣਾ ਤਾਂ ਏਜੰਟਾਂ ਨੂੰ ਕਹਿ ਕੇ ਕਿ ਭਾਈ ਤੁਸੀਂ ਉਹ ਪੈਸੇ ਵਾਪਸ ਕਰੋ, ਤਾਂ ਖਾਨਦਾਨ ਉੱਜੜ ਗਿਆ, ਨਾ ਤਾਂ ਤੁਹਾਡਾ ਭੇਜਿਆ ਹੋਇਆ ਬੰਦਾ ਉਸ ਮੁਲਕ ਦੇ ਵਿੱਚ ਪਹੁੰਚਿਆ ਜਿੱਥੇ ਤੁਸੀਂ ਭੇਜਿਆ, ਅਤੇ ਉਹ ਤਾਂ ਖਾਨਦਾਨ ਦੇ ਖਾਨਦਾਨੀ ਤਬਾਹ ਹੋ ਗਏ। ਇਸ ਕਰਕੇ ਇਹੋ ਜਿਹੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ। ਅਤੇ ਮੈਂ ਬਤੌਰ MP ਇਸ ਇਲਾਕੇ ਦਾ, ਮੈਂ ਆਪਣੇ ਇਲਾਕਾ ਦੇ ਵਿੱਚ ਇਹੋ ਜਿਹੀ ਚੀਜ਼ ਧਰਨੇ ਧੁਰਨੇ ਦੇਣ ਦੇ ਹੱਕ ਦੇ ਵਿੱਚ ਨਹੀਂ ਹੈ। ਤਾਂ ਚੀਫ ਮਿਨਿਸਟਰ ਕੋਲੇ ਮੈਂ ਬੇਨਤੀ ਕਰਦਾ ਕਿ ਇਹ ਮਸਲਾ ਅੱਜ ਹੱਲ ਹੋ ਜਾਵੇ, ਜਿਹੜਾ ਕੱਲ੍ਹ ਸਾਨੂੰ ਇਕੱਠ ਨਾ ਕਰਨਾ ਪਵੇ ਕੋਟ ਧੁਰਨੇ। ਸੋ ਆਸ ਕਰਦਾ ਫਤਿਹ ਦੀ।
ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।